ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਚ ਤੁਹਾਡਾ ਸਵਾਗਤ ਹੈ ਤੇ ਮੈਂ ਭਾਵਨਾ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਕੁਝ ਲੁਟੇਰੇ ਜਿਹੜੇ ਸੀ ਇੱਕ ਵਿਆਹ ਸਮਾਗਮ ਦੇ ਵਿੱਚ ਦਾਖਲ ਹੋ ਜਾਂਦੇ ਸੀ ਇਹ ਪੁਲਿਸ ਤੋਂ ਭੱਜੇ ਹੋਏ ਲੁਟੇਰੇ ਸੀ ਪੁਲਿਸ ਤੋਂ ਡਰਦੇ ਹੋਏ ਇਹ ਲੁਟੇਰੇ ਇੱਕ ਵਿਆਹ ਦੇ ਵਿੱਚ ਦਾਖਲ ਹੋ ਜਾਂਦੇ ਨੇ ਇੱਕ ਜਗ੍ਹਾ ਤੇ ਵਿਆਹ ਚੱਲ ਰਿਹਾ ਸੀ ਹਾਈਫਾਈ ਰਿਜ਼ੋਰਟ ਸੀਗਾ ਜਿੱਥੇ ਕਿ ਵਿਆਹ ਸਮਾਗਮ ਚੱਲ ਰਿਹਾ ਸੀ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਪੂਰੇ ਮਤਲਬ ਕਿ ਵਿਆਹ ਦੀ ਤਿਆਰੀ ਸੀਗੀ ਉੱਥੇ ਵਿਆਹ ਚੱਲ ਰਿਹਾ ਸੀ ਤਾਂ ਇਸ ਦੌਰਾਨ ਜਿਹੜੇ ਲੁਟੇਰੇ ਆ ਪੁਲਿਸ ਤੋਂ ਡਰਦੇ ਹੋਏ ਭੱਜ ਰਹੇ ਸੀ ਉਹ ਵਿਆਹ ਦੇ ਵਿੱਚ ਦਾਖਲ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਵੀ ਉਹਨਾਂ ਦਾ ਪਿੱਛਾ ਕਰਦੀ ਹੋਈ ਵਿਆਹ ਦੇ ਵਿੱਚ ਦਾਖਲ ਹੁੰਦੀ ਹੈ ਤੇ ਇਹਨਾਂ ਲੁਟੇਰਿਆਂ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਜਵਾਬੀ ਹਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਤੇ ਇਸ ਦੇ ਵਿੱਚ ਫਾਇਰਿੰਗ ਦੇ ਵਿੱਚ ਹਾਲੇ ਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ ਪੁਲਿਸ ਨੇ ਇਹਨਾਂ ਬਦਮਾਸ਼ਾਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਫਿਲਮੀ ਅੰਦਾਜ਼ ਦੇ ਵਿੱਚ ਇਹ ਜਿਹੜਾ ਇਨਕਾਊਂਟਰ ਹੋਇਆ ਹੈ ਤੇ ਫਿਲਮੀ ਅੰਦਾਜ਼ ਦੇ ਵਿੱਚ ਇਹ ਲੁਟੇਰੇ ਜਿਹੜੇ ਆ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਉਸ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਫਿਰ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਉਹ ਵੀ ਪੁਲਿਸ ਵੀ ਵਿਆਹ ਸਮਾਗਮ ਦੇ ਵਿੱਚ ਜਾਂਦੀ ਹੈ ਸੂਚਨਾ ਮਿਲਣ ਤੇ ਅੰਮ੍ਰਿਤਸਰ 'ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਗੋਲੀਬਾਰੀ ਹੋਈ ਹੈ ਗੋਲੀਬਾਰੀ ਇੱਕ ਵਿਆਹ ਸਮਾਗਮ ਦੌਰਾਨ ਹੋਈ ਹੈ ਦੱਸ ਦਈਏ ਕਿ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਵਿਆਹ ਮੌਕੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਲੁਟੇਰਿਆਂ ਨੂੰ ਫੜਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਫਿਲਹਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕੀ ਪਰ ਇਸ ਵਿੱਚ ਘਰ ਤੁਹਾਨੂੰ ਦੱਸ ਦਈਏ ਕਿ ਲੁਟੇਰਿਆਂ ਵੱਲੋਂ ਵਿਆਹ ਦੇ ਵਿੱਚ ਲੁਟੇਰੇ ਜਿਹੜੇ ਸੀ ਉਹ ਵਿਆਹ ਦੇ ਵਿੱਚ ਦਾਖਲ ਹੋ ਜਾਂਦੇ ਨੇ ਉਸ ਤੋਂ ਬਾਅਦ ਲੁਟੇਰਿਆਂ ਅਤੇ ਪੁਲਿਸ ਦੇ ਵਿਚਕਾਰ ਜਿਹੜੀ ਹੈ ਉਹ ਫਾਇਰਿੰਗ ਹੁੰਦੀ ਹੈ ਤੇ ਜਿਹੜੇ ਲੁਟੇਰੇ ਨੇ ਉਹਨਾਂ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੀ ਹੈ ਪਿੰਡ ਵਰਪਾਲ ਦੇ ਹਾਈਫਾਈ ਰਿਜ਼ੋਰਟ ਦੇ ਵਿੱਚ ਵਿਆਹ ਚੱਲ ਰਿਹਾ ਸੀ ਇਸ ਦੌਰਾਨ ਪੁਲਿਸ ਨੂੰ ਵਿਆਹ ਸਮਾਗਮ ਦੇ ਵਿੱਚ ਲੁਟੇਰਿਆਂ ਦੇ ਆਉਣ ਦੀ ਗੁਪਤ ਸੂਚਨਾ ਮਿਲੀ ਸੀ ਪੁਲਿਸ ਨੇ ਯੋਜਨਾ ਬਣਾ ਕੇ ਰਿਜ਼ੋਰਟ ਨੂੰ ਘੇਰ ਲਿਆ ਇਹ ਦੇਖ ਕੇ ਲੁਟੇਰੇ ਚੌਕਸ ਹੋ ਗਏ ਤੇ ਆਪਣੇ ਹਥਿਆਰਾਂ ਨਾਲ ਪੁਲਿਸ ਵੱਲ ਫਾਇਰਿੰਗ ਕਰਨੀ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਮੁਸਤੈਦੀ ਦੇ ਨਾਲ ਗੋਲੀਬਾਰੀ ਦਾ ਜਵਾਬ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਹਥਿਆਰਾਂ ਅਤੇ ਚੋਰੀ ਦੇ ਵਾਹਨਾਂ ਸਮੇਤ ਕਾਬੂ ਕਰ ਲਿਆ ਹੈ ਪੁਲਿਸ ਦੇ ਵੱਲੋਂ ਕੀ ਗਿਆ ਇਹ ਵੀ ਤੁਸੀਂ ਸੁਣੋ ਸਾਡੇ ਐਸ ਐਚ ਓ ਚਾਟੀਵਿੰਡ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਹਾਈਫਾਈ ਰਿਜ਼ੋਰਟ ਆ ਵਰਪਾਲ ਪਿੰਡ ਦੇ ਵਿੱਚ ਉੱਥੇ ਇੱਕ ਸ਼ਗਨ ਚੱਲ ਰਿਹਾ ਅਤੇ ਜਿਹਦੇ ਵਿੱਚ ਸਾਨੂੰ ਇਹ ਕੁਛ ਵਾਂਟਡ ਕ੍ਰਿਮੀਨਲ ਆ ਜਿਹੜੇ ਸਾਡੇ ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਵਾਰਦਾਤਾਂ 'ਚ ਵਾਂਟਡ ਆ ਉਹ ਉਸ ਸ਼ਗਨ ਦੇ ਵਿੱਚ ਆਏ ਹੋਏ ਆ ਇਨਫੋਰਮੇਸ਼ਨ ਸੀਕ੍ਰੈਟ ਅਤੇ ਰਿਲਾਇਬਲ ਕਰਕੇ ਇਹਨਾਂ ਨੇ ਪੁਲਿਸ ਪਾਰਟੀ ਦੇ ਸਮੇਤ ਮੈਨੂੰ ਵੀ ਇਨਫੋਰਮ ਕੀਤਾ ਮੈਂ ਵੀ ਮੌਕੇ 'ਤੇ ਪਹੁੰਚ ਗਿਆ ਉੱਥੇ ਅਸੀਂ ਏਰੀਆ ਕੋਲਡਨ ਆਫ ਕਰਕੇ ਜਦੋਂ ਉਹਨਾਂ ਨੂੰ ਗ੍ਰੈਪਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਡੀ ਭਜਾ ਦੀ ਫਿਰ ਫਾਇਰ ਕੀਤਾ ਸਾਡੇ ਐਸ ਐਚ ਓ ਦੇ ਕਿੰਨੇ ਰਾਉਂਡ ਫਾਇਰ ਕੀਤੇ ਉਹਨਾਂ ਨੇ ਤੇ ਪੁਲਿਸ ਨੇ ਉਹ ਕਿਵੇਂ ਉਹਨਾਂ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਵਿਆਹ ਚੱਲਦਾ ਸੀਗਾ ਤਿੰਨ ਐਕਚੁਲੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਫੋਰਚੂਨੇਟਲੀ ਇਹ ਲੜਕੇ ਜਿਹੜੇ ਸੀਗੇ ਵਿਆਹ ਜਿਹੜਾ ਉਹ ਫਰੰਟ 'ਤੇ ਜਿਹੜਾ ਉਹਨਾਂ ਦਾ ਕੋਟ ਜਿਹੜਾ ਸਾਹਮਣੇ ਵਿਹੜਾ ਉਹਦੇ 'ਚ ਚੱਲ ਰਿਹਾ ਸੀਗਾ ਬੈਕ ਸਾਈਡ ਦੇ ਉੱਤੇ ਉਹਨਾਂ ਦੀ ਕਾਰ ਪਾਰਕਿੰਗ ਆ ਇਹ ਮੁੰਡੇ ਕਾਰ ਪਾਰਕਿੰਗ ਦੇ ਵਿੱਚ ਗੱਡੀ 'ਚ ਬੈਠੇ ਸੀਗੇ ਅਤੇ ਉੱਥੇ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਗੱਡੀ ਭਜਾ ਲਈ ਔਰ ਸਾਡੇ ਕਰਮਚਾਰੀ ਨੂੰ ਵੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਫਾਇਰ ਵੀ ਕੀਤਾ ਪਰ ਸਾਡੇ ਐਸ ਐਚ ਓ ਔਰ ਇਹਨਾਂ ਦੀ ਪੁਲਿਸ ਪਾਰਟੀ ਨੇ ਕਾਫੀ ਹਿੰਮਤ ਨਾਲ ਉਹਨਾਂ ਦੇ ਫਾਇਰ ਵੀ ਲੱਗਾ ਸਾਡੇ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਇਹਨਾਂ ਦੀ ਗੱਡੀ 'ਚ ਵੱਜਿਆ ਦੇਖੋ ਜਿਹੜੇ ਦੋਨੋਂ ਪਾਸੇ ਦੇ ਰਿਸ਼ਤੇਦਾਰ ਉਹ ਤਾਂ ਕਹਿੰਦੇ ਇਹਨਾਂ ਨੂੰ ਜਾਂਦੇ ਨਹੀਂ ਆ ਇਹ ਹੁਣ ਗਾਂਹ ਦੀ ਗਾਂਹ ਪਤਾ ਨਹੀਂ ਕਿਹਦੇ ਨਾਲ ਆਇਆ ਉਹ ਵੀ ਅਸੀਂ ਵੈਰੀਫਾਈ ਕਰ ਲਿਆ ਅਸੀਂ ਉਹਦੀ ਸੀ ਸੀ ਟੀ ਵੀ ਫੁਟੇਜ ਖੰਗਾਲ ਰਹੇ ਹਾਂ ਜਿਹੜਾ ਮੈਰਿਜ ਪੈਲਸ ਆ ਫਿਰ ਉਸ ਤੋਂ ਬਾਅਦ ਪਤਾ ਲੱਗੂਗਾ ਕਿਹਦੇ ਲਿੰਕ 'ਚ ਆਏ ਬਰਾਮਦ ਕੀ ਹੋਇਆ ਇੱਕ ਇਹਨਾਂ ਕੋਲ 32 ਬੋਰ ਪਿਸਟਲ 2 ਮੈਗਜ਼ੀਨ 32 ਬੋਰ ਦੇ ਔਰ 2 ਲਾਈਵ ਕਾਰਟਰਿਜ 32 ਬੋਰ ਦੇ 3 ਐਮਟੀ ਕਾਰਟਰਿਜ 32 ਬੋਰ ਦੇ ਇੱਕ ਡੈਗਰ ਔਰ ਇੱਕ ਸਿਆਜ ਕਾਰ ਜਿਹੜੀ ਇਹਨਾਂ ਨੇ 10 ਕੁ ਦਿਨ ਪਹਿਲਾਂ ਖੋਈ ਸੀ ਅੱਜ